ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਮੌਸਮ ਦੀ ਜਾਣਕਾਰੀ ਅੱਜ 3 ਜਨਵਰੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੇ ਮੌਸਮ ਕਿ ਇਹਨਾਂ 5-4 ਘੰਟਿਆਂ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਇਸ ਬਦਲੇਗਾ ਤੇ ਮੀਂਹ ਪੈਣ ਦੇ ਹਾਲਾਤ ਕਿਹੜੇ ਇਲਾਕਿਆਂ ਵਿੱਚ ਨੇ। ਸੋ ਜਿਵੇਂ ਕਿ ਆਪਾਂ ਦੁਪਹਿਰ ਤੋਂ ਦੱਸੀਏ ਤਾਂ ਮਾਝਾ ਤੇ ਦੁਆਬਾ ਖੇਤਰ ਜ਼ਿਆਦਾਤਰ ਇਸ ਮੌਸਮੀ ਕਾਰਵਾਈਆਂ ਦੇ ਅੰਡਰ ਪ੍ਰਭਾਵਿਤ ਹੋਵੇਗਾ ਤੇ ਜਿਸ ਦੇ ਚੱਲਦੇ ਕੁਝ ਭਾਗ ਲੁਧਿਆਣੇ ਦੇ ਹੋ ਜਾਣਗੇ। ਇਸ ਤੋਂ ਇਲਾਵਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ ਤੋਂ ਲੈ ਕੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਦਰਮਿਆਨਾ ਅਤੇ ਕੁਝ ਭਾਗਾਂ ਦੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਦੇ ਆਸਾਰ ਅੱਜ ਦੁਪਹਿਰ ਦੇ ਇਲਾਕੇ ਵਿੱਚ ਬਣੇ ਹੋਏ ਨੇ। ਸਮੇਂ ਦੇ ਵਿੱਚ ਦੁਪਹਿਰ ਦੇ ਲਗਭਗ 2 ਵਜੇ ਤੋਂ ਲੈ ਕੇ 4 ਵਜੇ ਤੱਕ ਇਹਨਾਂ ਹਿੱਸਿਆਂ ਵਿੱਚ ਚੰਗਾ ਭਰਮਾ ਮੀਂਹ ਪੈਣ ਦੇ ਆਸਾਰ ਨੇ ਅਤੇ ਇਸ ਦੇ ਨਾਲ ਹੀ ਕੁਝ ਭਾਗ ਤਰਨ ਤਾਰਨ ਦੇ ਅਤੇ ਫਿਰੋਜ਼ਪੁਰ ਦੇ ਵੀ ਇਹਦੇ ਅੰਡਰ ਪ੍ਰਭਾਵਿਤ ਹੋਣਗੇ ਅਤੇ ਮੋਗਾ ਜ਼ਿਲ੍ਹੇ ਦੇ ਵੀ ਕੁਝ ਭਾਗਾਂ ਦੇ ਵਿੱਚ ਆਪਾਂ ਨੂੰ ਹਲਕੀਆਂ ਦਰਮਿਆਨੀਆਂ ਮੀਂਹ ਦੀਆਂ ਬੁਛਾਰਾਂ ਦੇਖਣ ਨੂੰ ਮਿਲ ਸਕਦੀਆਂ ਨੇ। ਸੋ ਇਹ ਹਿੱਸੇ ਨੇ ਜਿਹੜੇ ਕਿ ਦੁਪਹਿਰ ਦੇ ਵੇਲੇ ਮੀਂਹ ਦੇ ਅੰਡਰ ਪ੍ਰਭਾਵਿਤ ਹੋਣਗੇ ਅਤੇ ਉਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਆ ਉਹ ਦੇਰ ਸ਼ਾਮ ਦੇ ਕਰੀਬ ਪੰਜਾਬ ਵਿੱਚ ਐਂਟਰ ਹੋਵੇਗਾ, ਜਿਹੜਾ ਕਿ ਪੂਰਬੀ ਅਤੇ ਦੱਖਣ ਪੂਰਬੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ, ਜਿਸ ਦੇ ਵਿੱਚ ਪਟਿਆਲੇ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੋ ਜਾਣਗੇ, ਸੰਗਰੂਰ ਹੋ ਜੂਗਾ, ਮਾਨਸਾ ਅਤੇ ਕੁਝ ਭਾਗ ਬਠਿੰਡੇ ਦੇ, ਇਸ ਤੋਂ ਇਲਾਵਾ ਬਰਨਾਲਾ ਇਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ ਅਤੇ ਨਾਲ ਲੁਧਿਆਣੇ ਜ਼ਿਲ੍ਹੇ ਦੇ ਵੀ ਕਈ ਭਾਗਾਂ ਵਿੱਚ ਮੀਂਹ ਪੈਣ ਦੇ ਆਸਾਰ ਬਣ ਰਹੇ ਨੇ ਅਤੇ ਰਾਤ ਦੇ ਸਮੇਂ ਹੋ ਸਕਦਾ ਕਿ ਪੰਜਾਬ ਦੇ ਜੋ ਦੱਖਣੀ ਭਾਗ ਹਨ ਜਿਹੜੇ ਕਿ ਹਰਿਆਣੇ ਦੇ ਕਰੀਬ ਪੈਂਦੇ ਨੇ ਤਾਂ ਉਹਨਾਂ ਦੇ ਕੁਝ ਹਿੱਸਿਆਂ ਵਿੱਚ ਚੰਗਾ ਭਰਮਾ ਮੀਂਹ ਵੀ ਅੱਜ ਦੇਰ ਸ਼ਾਮ ਜਾਂ ਫਿਰ ਰਾਤ ਦੇ ਸਮੇਂ ਦੇਖਣ ਨੂੰ ਮਿਲ ਸਕਦਾ ਅਤੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਣ ਦੇ ਵੀ ਆਸਾਰ ਬਣੇ ਹੋਏ ਨੇ ਅਤੇ ਜੋ ਇਲਾਕੇ ਰਾਜਸਥਾਨ ਦੇ ਕਰੀਬ ਪੈ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਗੱਲ ਕਰੀਏ ਫਾਜ਼ਿਲਕਾ, ਫਰੀਦਕੋਟ ਹੋ ਗਿਆ ਅਤੇ ਫਿਰੋਜ਼ਪੁਰ ਇਹਨਾਂ ਹਿੱਸਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਆਪਾਂ ਨੂੰ ਮੀਂਹ ਜਿਹੜਾ ਰਾਤ ਦੇ ਸਮੇਂ ਜਾਂ ਦੇਰ ਸ਼ਾਮ ਦੇਖਣ ਨੂੰ ਮਿਲੂਗਾ। ਇਹਨਾਂ ਹਿੱਸਿਆਂ ਵਿੱਚ ਜ਼ਿਆਦਾ ਭਾਰੀ ਮੀਂਹ ਪੈਣ ਦੇ ਆਸਾਰ ਨਹੀਂ ਹਨ, ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਬੂੰਦਾਬਾਂਦੀ ਜਾਂ 1-2 ਭਾਗਾਂ ਵਿੱਚ ਦਰਮਿਆਨਾ ਮੀਂਹ ਆ ਉਹ ਦੇਖਣ ਨੂੰ ਮਿਲ ਸਕਦਾ ਹੈ, ਪਰ ਜਿਹੜੇ ਅੱਜ ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤੱਕ ਜ਼ਿਆਦਾ ਮੀਂਹ ਭਾਰੀ ਪੈਣ ਦੇ ਆਸਾਰ ਹਨ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਇਸ ਤੋਂ ਇਲਾਵਾ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਦੇ ਇਲਾਕੇ ਹੋ ਜਾਣਗੇ ਅਤੇ ਰਾਤ ਦੇ ਸਮੇਂ ਪਟਿਆਲਾ, ਸੰਗਰੂਰ ਅਤੇ ਇਹਨਾਂ ਦੇ ਨਾਲ ਲੱਗਦੇ ਜੋ ਇਲਾਕੇ ਹੋਣਗੇ ਉਹਨਾਂ ਵਿੱਚ ਚੰਗਾ ਭਾਰੀ ਮੀਂਹ ਪੈ ਸਕਦਾ ਹੈ।